ਸੋ ਅੱਜ ਮੁਹੱਲਾ ਸਾਰਾ ਇਕੱਠਾ ਹੋਇਆ ਹੋਇਆ ਸਾਰਿਆਂ ਨੇ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਤੁਹਾਡੇ ਕੋਲੋਂ ਵੋਟ ਮੰਗੀ ਆ ਮੈਂ ਵੀ ਵੋਟ ਹੀ ਮੰਗਣ ਆਈ ਹਾਂ ਅੱਜ ਆਪਾਂ ਤਾਂ ਫਿਰ ਕਹਾਂਗੇ ਕਿ ਕੈਪਟਨ ਸਾਹਿਬ ਜਿਹੜੇ ਇਹ ਆਪਣੇ ਕਰਨੀ ਔਰ ਕਰਨੀ ਦੇ ਬਹੁਤ ਹੀ ਪੱਕੇ ਹੈਗੇ ਆ ਬੜੀ ਸ਼ਖਸੀਅਤ ਇਹਨਾਂ ਦੀ ਇਮਾਨਦਾਰੀ ਸ਼ਖਸੀਅਤ ਹੈ ਕੈਪਟਨ ਫੌਜ ਦੇ ਵਿੱਚੋਂ ਆਏ ਹੋਏ ਨੇ ਉਹ ਨੈਚੁਰਲੀ ਤੁਹਾਨੂੰ ਪਤਾ ਹੈ ਕਿ ਉਹਦਾ ਹੁੰਦੇ ਇਮਾਨਦਾਰ ਸੀਗੇ ਮੈਂ ਵੀ ਫੌਜੀ ਪਰਿਵਾਰ ਤੋਂ ਹੀ ਹਾਂ ਮੇਰੀ ਪਿਛੋਕੜ ਹੈ ਜਿਹੜਾ ਮੈਂ ਵੀ ਫੌਜੀ ਦੇ ਬੇਟੀ ਹਾਂ ਔਰ ਮੈਂ ਵੀ ਚਾਹਾਂਗੀ ਕਿ ਸਾਰੇ ਆਪਣੀ ਇਮਾਨਦਾਰੀ ਦੇ ਨਾਲ ਆਪਣੀ ਇੱਕ ਵੋਟ ਕਾਂਗਰਸ ਨੂੰ ਪਾਓ ਕਾਂਗਰਸ ਪਾਰਟੀ ਨਾਲ ਬੜੇ ਹੀ ਤਨਦੇਹੀ ਨਾਲ ਖੜ੍ਹਾਂ ਅਤੇ ਮੇਰਾ ਨਗਰ ਮੇਰੇ ਨਾਲ ਬਹੁਤ ਉਤਸ਼ਾਹ ਨਾਲ ਖੜ੍ਹਾ ਹੈ ਅਸੀਂ ਬੀਬੀ ਜੀ ਨੂੰ ਇੱਥੇ ਬੁਲਾ ਕੇ ਜੋ ਉਹਨਾਂ ਨੂੰ ਸਨਮਾਨ ਕੀਤਾ ਅਤੇ ਜੋ ਸਾਡੇ ਪਿੰਡ ਨੇ ਮੇਰਾ ਸਤਿਕਾਰ ਕਰਿਆ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ।